ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ, ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-7786-98 ਦੇ ਉੱਤੇ। ਮਿੰਟ 'ਚ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਕਹਿੰਦੇ ਅਕਸ਼ੇ ਕੁਮਾਰ ਨਾਲ ਕੀਤੀ ਇੰਟਰਵਿਊ ਵਿੱਚ ਵੀ ਪ੍ਰਧਾਨ ਮੰਤਰੀ ਝੂਠ ਬੋਲਦਾ ਫੜਿਆ ਗਿਆ। ਇਹ ਤੇ ਹੁਣ ਟ੍ਰੈਂਡ ਹੀ ਆ ਥੋੜਾ ਬਹੁਤ। ਵੈਸੇ ਵੀ ਪ੍ਰਧਾਨ ਮੰਤਰੀ ਨੂੰ ਮਾਫ਼ ਕਰ ਦੇਣਾ ਚਾਹੀਦਾ ਜਦੋਂ ਇਹੋ ਜਿਹਾ ਮਾਮਲਾ ਹੋਵੇ ਕਿ ਚਲੋ ਇੱਕ ਅੱਧ ਮਾਮਲੇ ਦੇ ਵਿੱਚ ਏਦਾਂ ਹੋਇਆ, ਨਹੀਂ ਤੇ ਆਮ ਤੌਰ ਤੇ ਪ੍ਰਧਾਨ ਮੰਤਰੀ ਦਾ ਭਾਸ਼ਣ ਹੋਵੇ 60-70 ਮਿੰਟ ਦਾ ਜਾਂ ਇੰਟਰਵਿਊ ਹੋਵੇ 1 ਘੰਟੇ ਤੋਂ ਵੱਧ ਸਮੇਂ ਦੀ, ਤੇ ਫਿਰ ਉਹ ਚੀਜ਼ ਤੇ ਇੱਕ ਤਾਂ ਨਹੀਂ ਆਪਾਂ ਸਮਝ ਸਕਦੇ ਕਿ 10-12 ਵੱਧ ਸਮੇਂ ਤੋਂ ਵੀ ਵੱਧ ਉਹ ਵਾਪਰੂਗੀ। ਅੱਛਾ, ਅਕਸ਼ੇ ਕੁਮਾਰ ਦੇ ਨਾਲ ਜਿਹੜੀ ਇਹ ਇੰਟਰਵਿਊ ਆਈ ਆ, ਅੱਜ ਬੜੀ ਚਰਚਿਤ ਰਹੀ ਆ, ਖਬਰੀ ਚੈਨਲਾਂ ਨੇ ਵੀ ਉਹ ਭੌਂ ਭੌਂ ਕੇ ਉਹਦੇ ਚੋਂ ਕਲਿਪਸ ਚਲਾਏ ਆ। ਅਸਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅਤੀਤ ਦੇ ਵਿੱਚ ਇਹਨਾਂ ਦੀਆਂ 2-3 ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ, ਜਿਵੇਂ ਨਵੋਂ ਫਿਲਮ ਬਣਾਈ ਸੀਗੀ ਇਹਨਾਂ ਨੇ, ਫਿਰ ਇੱਕ ਵੈਬ ਸੀਰੀਜ਼ ਸੀਗੀ, ਨਵੋਂ ਚੈਨਲ ਸੀਗਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੈਨ ਹੋ ਗਈਆਂ ਇੱਕ ਇੱਕ ਕਰਕੇ। ਤਾਂ ਉਹ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨੂੰ ਐਸੇ ਤਰੀਕੇ ਨਾਲ ਉਭਾਰਿਆ ਜਾਣਾ ਸੀਗਾ ਕਿ ਪ੍ਰਧਾਨ ਮੰਤਰੀ ਦੀ ਛਵੀ ਆ ਜਿਹੜੀ ਉਹ ਇੱਕ ਨਾਇਕ ਦੇ ਤੌਰ ਤੇ ਪੇਸ਼ ਕੀਤੀ ਜਾਵੇ, ਜਿਹਦੇ ਵਿੱਚ ਹਮਦਰਦੀ ਵੀ ਖੱਟੀ ਜਾਵੇ, ਵੋਟਾਂ ਵੀ ਖੱਟੀਆਂ ਜਾਣ। ਤਾਂ ਉਹ ਚੀਜ਼ ਜਦੋਂ ਨਾਕਾਮ ਹੋਈ ਤੇ ਨਾਲ ਦੀ ਨਾਲ ਆ ਇੱਕ ਨਵਾਂ ਪੈਂਤਲਾ ਵੇਖਣ ਨੂੰ ਮਿਲਿਆ ਕਿ ਅਕਸ਼ੇ ਕੁਮਾਰ ਨੇ ਇੰਟਰਵਿਊ ਕੀਤੀ ਆ, ਜਿਹੜਾ ਖੁਦ ਇੱਕ ਫਿਲਮੀ ਸਟਾਰ ਆ, ਵੈਸੇ ਤੇ ਉਹ ਵੀ ਰਾਸ਼ਟਰਵਾਦੀ ਆ, ਤੇ ਉਹ ਜਿਹੜੀ ਇੰਟਰਵਿਊ ਸੀਗੀ ਉਹ ਨੋਨ ਪੋਲੀਟੀਕਲ ਇੰਟਰਵਿਊ ਆ, ਯਾਨੀ ਗੈਰ ਰਾਜਸੀ ਇੰਟਰਵਿਊ ਆ। ਤਾਂ ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਬਹੁਤ ਕੁਛ ਬੋਲਿਆ, ਤਕਰੀਬਨ 70-72 ਮਿੰਟ ਦੀ ਉਹ ਇੰਟਰਵਿਊ ਆ, ਪਰ ਉਹਦੇ ਵਿੱਚ ਇੱਕ ਥਾਂ ਤੇ ਅਕਸ਼ੇ ਕੁਮਾਰ ਨੇ ਪੁੱਛਿਆ ਵਾ ਕਿ ਤੁਸੀਂ ਆਪਣੀ ਸੈਲਰੀ ਦਾ ਕੁਛ ਹਿੱਸਾ ਆਪਣੀ ਮਾਤਾ ਨੂੰ ਵੀ ਦਿੰਦੇ ਹੋ। ਤਾਂ ਪ੍ਰਧਾਨ ਮੰਤਰੀ ਕਹਿੰਦਾ ਕਿ ਨਹੀਂ, ਮੈਂ ਉਹ ਪ੍ਰਧਾਨ ਮੰਤਰੀ ਆ ਜਾਂ ਉਹ ਮੁੱਖ ਮੰਤਰੀ ਰਿਹਾ ਵਾ ਜਿਹੜਾ ਆਪਣੇ ਪਰਿਵਾਰ ਨੂੰ ਕੋਈ ਵੀ ਬੈਨੀਫਿਟ ਨਹੀਂ ਦਿੰਦਾ, ਇੱਥੋਂ ਤੱਕ ਕਿ ਜਿੱਦਾਂ ਮੈਡੀਕਲ ਭੱਤੇ ਵਗੈਰਾ ਆਮ ਦੂਸਰੇ ਲੀਡਰ ਦਿੰਦੇ ਆ, ਤੇ ਇਹ ਕਹਿੰਦੇ ਕਿ ਉਲਟਾ ਮੈਨੂੰ ਮੇਰੀ ਮਾਤਾ ਜਦੋਂ ਵੀ ਮੈਂ ਜਾਵਾਂ 1.25 ਰੁਪਈਆ ਦਿੰਦੀ ਆ। ਪਹਿਲੀ ਗੱਲ ਤੇ ਇੱਥੇ ਇਹ ਆ ਕਿ 1.25 ਰੁਪਈਏ ਵਾਲਾ ਟ੍ਰੈਂਡ ਮੈਨੂੰ ਤੇ ਸਮਝ ਤੋਂ ਪਰੇ ਦੀ ਗੱਲ ਆ ਕਿ ਦੇਖੋ 4 ਆਨੇ ਹੁਣ ਕਿੱਥੇ ਹੁੰਦੇ ਆ ਆਪਣੇ ਘਰਾਂ ਦੇ, ਔਰ ਜਦੋਂ ਵੀ ਪ੍ਰਧਾਨ ਮੰਤਰੀ ਜਾਂਦਾ ਮਾਈ 4 ਆਨੇ ਫਿਰ ਲੱਭ ਕੇ 1.25 ਰੁਪਈਆ ਪੂਰਾ ਕਰਦੀ ਆ। ਇਹ ਸੋਚਣ ਵਿਚਾਰਨ ਵਾਲੀ ਗੱਲ ਹੈ ਕਿਉਂਕਿ 4 ਆਨੇ 2 ਆਨੇ ਉਹ ਤੇ ਸਮਾਂ ਹੀ ਗੁਜ਼ਰ ਗਿਆ ਹੋਣਾ। ਤਾਂ 54 ਜਿਹੜੀ ਆ ਉਹ ਕਿੱਥੋਂ ਲੱਭਦੇ ਆ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਔਰ ਦੂਜੀ ਚੀਜ਼ ਇਹ ਆ ਕਿ ਆ ਪਰਸੋਂ ਗਿਆ ਪ੍ਰਧਾਨ ਮੰਤਰੀ ਜਦੋਂ ਇਹਨੇ ਵੋਟ ਕਾਸਟ ਕੀਤੀ ਆ, ਉਦਣ ਮਾਈ ਦੇ ਪੈਰੀ ਹੱਥ ਲਾ ਕੇ ਆਇਆ, ਆਸ਼ੀਰਵਾਦ ਲੈ ਕੇ ਆਇਆ, ਤੇ ਉਹ ਜਿਹੜੀ ਤਸਵੀਰ ਆ ਉਹ ਇੱਥੇ ਸੋਸ਼ਲ ਮੀਡੀਆ ਤੇ ਤੁਰੀ ਫਿਰਦੀ ਆ, ਜਿਹਦੇ ਵਿੱਚ 500 ਦਾ ਪੱਤਾ ਇਹਨੇ ਮਾਈ ਤੋਂ ਲਿਆ, ਤੇ ਸਾਰੇ ਹੁਣ ਇਹ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਸ਼ਾਇਦ ਭੁੱਲ ਗਿਆ ਜਾਂ ਪ੍ਰਧਾਨ ਮੰਤਰੀ ਆਦਤ ਤੋਂ ਮਜਬੂਰ ਆ ਕਿ ਇੰਨਾ ਕੁ ਮਾੜਾ ਮੋਟਾ ਇੱਧਰ ਉੱਧਰ ਕਰ ਜਾਂਦਾ। ਬਾਕੀ ਹਾਲੇ ਇੰਟਰਵਿਊ ਦੇ ਵਿੱਚੋਂ ਕੀ ਕੁਛ ਨਿਕਲੂਗਾ, ਲੰਮੀ ਚੌੜੀ ਇੰਟਰਵਿਊ ਆ, ਥੋੜੇ ਦਿਨ ਉਡੀਕ ਕਰਨੀ ਪਊਗੀ, ਛਣ ਛਣ ਕੇ ਚੀਜ਼ਾਂ ਬਾਹਰ ਆਉਣਗੀਆਂ। ਜੀ ਜੀ ਜੀ, ਅਗਲੀ ਗੱਲ ਕਰਦੇ। ਵਕੀਲ ਨੇ ਦਿੱਤੇ ਚੀਫ ਜਸਟਿਸ ਆਫ ਇੰਡੀਆ ਦੇ ਖਿਲਾਫ ਸਾਜ਼ਿਸ਼ ਦੇ ਸਬੂਤ, ਪੁਲਿਸ, CBI, IB ਚੀਫ ਨੂੰ ਸੁਪਰੀਮ ਕੋਰਟ ਦਾ ਸੰਮਨ। ਦੇਖੋ ਆਪਾਂ ਗੱਲ ਕਹੀ ਸੀਗੀ ਕਿ ਉਸ ਬੈਂਸ ਜਿਹੜਾ ਇੱਕ ਵਕੀਲ ਹੈ ਉਹਨੇ ਦਾਅਵਾ ਕੀਤਾ ਸੀਗਾ ਕਿ CGI ਦੇ ਨਾਲ ਜੋ ਵੀ ਵਾਪਰਿਆ, ਜਾਂ ਏਜੰਸੀ ਸ਼ੋਸ਼ਣ ਦੇ ਜਿਹੜੇ ਦੋਸ਼ ਲੱਗੇ ਆ, ਉਹ ਇੱਕ ਕੌਨਸਪਰੇਸੀ ਆ, ਇੱਕ ਸਾਜ਼ਿਸ਼ ਆ, ਤੇ ਮੇਰੇ ਕੋਲ ਉਹਦੇ ਸਬੂਤ ਆ, ਮੈਨੂੰ ਵੀ 1.5 ਕਰੋੜ ਰੁਪਈਏ ਦੀ ਪੇਸ਼ਕਸ਼ ਹੋਈ ਸੀਗੀ। ਤਾਂ ਇਹਨੂੰ ਬੁਲਾਇਆ ਗਿਆ, ਉਤਸਵ ਬੈਂਸ ਜਿਹੜਾ ਆ ਨੌਜਵਾਨ ਵਕੀਲ ਆ, ਤੇ ਇਹਨੇ ਦੱਸਦੇ ਆ ਕਿ ਕੁਛ ਸਬੂਤ, ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸੌਂਪੀਆਂ ਕੋਰਟ ਨੂੰ। ਉਹਦੇ ਵਿੱਚ ਇਹਨੇ ਦਾਅਵਾ ਕੀਤਾ ਕਿ ਮੈਂ CCTV ਫੁਟੇਜ ਵੀ ਸੌਂਪੀ ਆ, ਜਿਹੜੀ ਕਿ ਨਿਸਤਾਰਾ ਕਰ ਦੂਗੀ ਕਿ ਕੌਣ ਸੱਚਾ ਕੌਣ ਝੂਠਾ। ਪਰ ਇਸ ਮਾਮਲੇ ਦੇ ਵਿੱਚ ਵਕੀਲ ਦੀ ਇੱਕ ਟਿੱਪਣੀ ਤੇ ਅੱਜ ਸੁਪਰੀਮ ਕੋਰਟ ਦੇ ਜੱਜ ਜਿਹੜੇ ਆ ਉਹ ਭੜਕੇ ਵੀ ਆ, ਭੜਕੇ ਕਾਫੀ ਆ, ਕਹਿੰਦੇ ਕਿ ਕੋਰਟ ਤੋਂ ਬਾਹਰ ਸੁੱਟ ਦਿੱਤਾ ਜਾਏਗਾ। ਇਹੋ ਜਿਹੀ ਨਾਰਾਜ਼ਗੀ ਵੀ ਜਿਹੜੀ ਆ ਉਹ ਵੇਖਣ ਨੂੰ ਮਿਲੀ ਆ। ਸੋ ਇਹ ਟਿੱਪਣੀ ਆ ਜਿਹੜੀ ਉਹ ਕਾਫੀ ਸਖ਼ਤ ਟਿੱਪਣੀ ਸੀਗੀ। ਤਾਂ ਦੂਸਰੇ ਪਾਸੇ ਅੱਜ ਜਦੋਂ ਇਹ ਸਾਰੀਆਂ ਚੀਜ਼ਾਂ ਹੋਈਆਂ ਤਾਂ ਨਾਲ ਦੀ ਨਾਲ ਇੱਕ ਬਹੁਤ ਵੱਡਾ ਹੁਕਮ ਦਿੱਤਾ ਗਿਆ, ਹੁਕਮ ਕਹਿ ਲਓ ਜਾਂ ਸਾਹਮਣੇ ਕਹਿ ਲਓ। ਉਹ ਹੁਕਮ ਇਹ ਸੀਗਾ ਕਿ ਇਹਦੇ ਵਿੱਚ CGI ਨੇ ਜਿਹੜੀ ਇਹ ਕੌਨਸਪਰੇਸੀ ਫੇਸ ਕਰਨੀ ਆ ਜਾਂ ਕੀਤੀ ਆ, ਤਾਂ ਉਹਦੇ ਵਿੱਚ ਜਿਹੜੇ ਸਾਜ਼ਿਸ਼ ਦੇ ਸਬੂਤ ਆ ਉਹ ਮਾਮਲੇ ਨੂੰ ਲੈ ਕੇ ਅੱਗੇ ਗੱਲ ਤੋਰੀ ਇਹਨਾਂ ਨੇ ਕਿ ਜਿਹੜਾ ਦਿੱਲੀ ਪੁਲਿਸ ਦਾ ਹੈਡ ਆ, CBI ਦਾ ਮੁਖੀ ਆ ਤੇ IB ਦਾ ਚੀਫ ਹੈ ਜਿਹੜਾ, ਇਹਨਾਂ ਨੂੰ ਸਾਰਿਆਂ ਨੂੰ ਸੰਮਨ ਕਰ ਦਿੱਤਾ।
ਇਹਦਾ ਮਤਲਬ ਹੈ ਕਿ ਜਿੱਦਾਂ ਹੁਣ ਇਹਨਾਂ ਹਾਊਸ ਕਮੇਟੀ ਵੀ ਬਣਾਈ ਗਈ ਇਸ ਮਾਮਲੇ ਦੇ ਵਿੱਚ, ਜਿਹੜੇ ਚੀਫ ਜਸਟਿਸ ਤੋਂ ਬਾਅਦ ਦੂਸਰੇ ਦਰਜੇ ਦੇ ਜੱਜ ਆ ਮਿਸਟਰ ਬੋਬੜੇ, ਤਾਂ ਉਹਨਾਂ ਨੂੰ ਬਣਾਇਆ ਗਿਆ, ਹੈਡ ਬਣਾਇਆ ਗਿਆ ਉਸ ਕਮੇਟੀ ਦਾ, ਤਾਂ ਇਹ ਮਾਮਲਾ ਜਿਹੜਾ ਉਹ ਅੱਗੇ ਤੁਰੂਗਾ। ਇਹ ਚੀਜ਼ ਬਿਲਕੁਲ ਸਾਫ਼ ਆ ਕੀ ਰਿਹਾ ਕਿ ਇਹ ਮਾਮਲਾ ਹੁਣ ਅੱਗੇ ਆਪਣੀ ਚਾਲੇ ਚੱਲੂਗਾ, ਔਰ ਇਹ ਉਹੀ ਚੀਜ਼ ਮੇਰੇ ਖਿਆਲ ਦੇ ਨਾਲ ਦੁਹਰਾਈ ਜਾ ਰਹੀ ਹੈ ਜਿਹੜੀ ਅੱਗੇ ਅਤੀਤ ਦੇ ਵਿੱਚ ਪਾਸਟ ਦੇ ਵਿੱਚ ਜੁਡੀਸ਼ਰੀ ਨੇ ਵੇਖੀ ਆ। ਇਸੇ ਤਰ੍ਹਾਂ ਦਾ ਹੀ ਇੱਕ ਦੋਸ਼ ਲੱਗਾ ਸੀਗਾ ਜਸਟਿਸ ਗੰਗੂਲੀ ਤੇ, ਜਿਹੜੇ ਕਿ ਸੁਪਰੀਮ ਕੋਰਟ ਦੇ ਹੀ ਜਸਟਿਸ ਸੀਗੇ। ਇਸੇ ਤਰ੍ਹਾਂ ਦੀ ਹੀ ਇਨਕੁਆਇਰੀ ਨਿਕਲੀ ਸੀਗੀ ਉਸ ਮਾਮਲੇ ਚੋਂ ਵੀ, ਤੇ ਫਿਰ ਉਸ ਮਾਮਲੇ ਦੇ ਵਿੱਚ ਉਹ ਮੁੜ ਕੇ ਦੋਸ਼ੀ ਬਣੇ ਗਏ ਸੀ। ਤਾਂ ਐਤਕੀ ਦੇਖਦੇ ਹਾਂ ਕਿ ਇਨਕੁਆਇਰੀ ਸੇਮ ਲੱਗਦਾ ਉਹ ਹੀ ਹੋਊਗੀ, ਉਸੇ ਤਰਜ਼ੇ ਅਮਲ ਤੇ ਹੋਊਗੀ, ਤਾਂ ਨਤੀਜਾ ਕੀ ਨਿਕਲਦਾ ਇਹ ਦੇਖਣਾ ਪਊਗਾ। ਪਰ ਜੇ ਮੇਰੇ ਖਿਆਲ ਦੇ ਨਾਲ ਵੋਟਿੰਗ ਨਾ ਹੁੰਦੀ, ਇਲੈਕਸ਼ਨ ਨਾ ਹੁੰਦਾ, ਤੇ ਇਹ ਮੁੱਦਾ ਕਿੱਥੋਂ ਤੱਕ ਕੌਮਾਂਤਰੀ ਪੱਧਰ ਤੱਕ ਕਿਵੇਂ ਬੇਇੱਜ਼ਤੀ ਦਾ ਸਬੱਬ ਬਣਨਾ ਸੀ, ਨਮੋਸ਼ੀ ਦਾ ਸਬੱਬ ਬਣਨਾ ਸੀ, ਇਹਦੀ ਅੰਦਾਜ਼ਾ ਲਾਇਆ ਜਾ ਸਕਦਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ ਮਿੰਟੂ ਜੀ, ਕਹਿੰਦੇ ਸਾਧਵੀ ਮਾਮਲੇ ਦੇ ਵਿੱਚ ਅਦਾਲਤ ਨੇ ਫੈਸਲਾ ਚੋਣ ਕਮਿਸ਼ਨ ਤੇ ਸੁੱਟਿਆ, ਇਹਦਾ ਮਤਲਬ ਲੜ ਲਓ ਬੀਬੀ ਇਲੈਕਸ਼ਨ ਹੁਣ। ਆ ਲੱਗਦਾ ਇਹ ਹੋਆ ਕਿ ਔਖਿਆ ਸੌਖਿਆ ਇਹਨਾਂ ਦਾ ਇਹ ਪੈਂਤੜਾ ਜਿਹੜਾ ਉਹ ਨੇਪਰੇ ਤੇ ਚੜੂਗਾ। ਵੈਸੇ ਸਿੱਟੇ ਦੇ ਰੂਪ ਦੇ ਵਿੱਚ ਉਹ ਨੇਪਰੇ ਚੜਦਾ ਜਾਂ ਨਹੀਂ ਚੜਦਾ, ਉਹ ਤੇ ਇੱਕ ਵੱਖਰਾ ਵਿਸ਼ਾ ਵਾ, ਉਹ ਤੇ ਪ੍ਰੈਡਿਕਸ਼ਨ ਮੇਰੇ ਖਿਆਲ ਦੇ ਨਾਲ ਹਾਲ ਫਿਲਹਾਲ ਸੰਭਵ ਹੀ ਨਹੀਂ, ਕਿਉਂਕਿ ਇਸ ਸਮੇਂ ਉੱਥੇ ਭੋਪਾਲ ਦੇ ਵਿੱਚ ਇਲੈਕਸ਼ਨ ਪੂਰਾ ਭਗਿਆ ਪਿਆ। ਪਰ ਅੱਜ ਐਨ ਆਈ ਏ ਕੋਰਟ ਦੇ ਵਿੱਚ ਸੁਣਵਾਈ ਸੀਗੀ, ਤਾਂ ਐਨ ਆਈ ਏ ਕੋਰਟ ਨੇ ਗੇਮ ਜਿਹੜੀ ਆ ਉਹ ਠੁੱਡਾ ਮਾਰ ਕੇ ਇਲੈਕਸ਼ਨ ਕਮਿਸ਼ਨ ਦੇ ਪਾਲੇ ਚ ਕਰ ਦਿੱਤੀ ਆ, ਇਲੈਕਸ਼ਨ ਕਮਿਸ਼ਨ ਦੇ ਖੇਮੇ ਚ ਕਰ ਦਿੱਤੀ ਹੈ ਕਿ ਲਓ ਭਾਈ ਤੁਸੀਂ ਹੀ ਨਿਪਟਾਰਾ ਕਰੋ, ਤੁਸੀਂ ਹੀ ਕਿੱਕ ਮਾਰੋ ਹੁਣ ਇਸ ਮਾਮਲੇ ਚ। ਤਾਂ ਐਨ ਆਈ ਏ ਨੇ ਸਾਫ਼ ਕਰ ਦਿੱਤਾ, ਕਹਿੰਦੇ ਆ ਕਿ ਕਿਸੇ ਉਮੀਦਵਾਰ ਨੂੰ ਇਲੈਕਸ਼ਨ ਤੋਂ ਲੜਨ ਲਈ ਰੋਕਣ ਵਾਸਤੇ ਸਾਡੇ ਕੋਲ ਕੋਈ ਕਾਨੂੰਨੀ ਅਖਤਿਆਰਾਂ ਨਹੀਂ ਹੈਗੇ, ਤਾਂ ਅਸੀਂ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ। ਸੋ ਇਹ ਮਾਮਲਾ ਦੇਖਣਾ ਇਲੈਕਸ਼ਨ ਕਮਿਸ਼ਨ ਨੇ। ਖੈਰ ਇੱਕ ਦੂਸਰੀ ਬਹਿਸ ਦੀ ਜੇ ਆਪਾਂ ਵਨਗੀ ਵੇਖਣੀ ਹੋਵੇ ਇਸੇ ਮਾਮਲੇ ਦੇ ਮੁਤਲਕ, ਉਹ ਇਹ ਆ ਕਿ ਜਿਹੜੀ ਇਹਨੇ ਬੇਲ ਲਈ ਸੀਗੀ, ਕੀ ਉਹ ਮੈਡੀਕਲ ਗਰਾਊਂਡ ਦੇ ਆਧਾਰ ਤੇ ਲਈ ਸੀਗੀ ਜਾਂ ਮੈਰਿਟ ਦੇ ਆਧਾਰ ਤੇ ਲਈ ਸੀ। ਤਾਂ ਇਹ ਵੀ ਇੱਕ ਬਹਿਸ ਦਾ ਵਿਸ਼ਾ, ਕਾਨੂੰਨੀ ਨੁਕਤੇ ਨਿਗਾਹ ਦਾ ਵਿਸ਼ਾ ਆ ਕਿ ਜਿਹੜੀ ਇਹਨੂੰ ਬੇਲ ਮਿਲੀ ਸੀ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ, ਕਿ ਕੀ ਉਹ ਮੈਡੀਕਲ ਆਧਾਰ ਤੇ ਮਿਲੀ ਸੀਗੀ, ਮੈਡੀਕਲ ਗਰਾਊਂਡ ਤੇ ਮਿਲੀ ਸੀਗੀ, ਜਾਂ ਫਿਰ ਉਹ ਮੈਰਿਟ ਦੇ ਆਧਾਰ ਤੇ ਮਿਲੀ ਸੀ। ਤਾਂ ਉਹਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਵੇਖਣੀਆਂ ਪੈਣਗੀਆਂ, ਵਿਚਾਰਨੀਆਂ ਪੈਣਗੀਆਂ। ਪਰ ਜਿਹੜੀ ਇਹਨਾਂ ਨੇ ਇੱਕ ਚਾਰਾਜੋਈ ਕੀਤੀ ਸੀਗੀ ਕਿ ਇਹਨਾਂ ਨੂੰ ਇਲੈਕਸ਼ਨ ਤੋਂ ਰੋਕਿਆ ਜਾਵੇ, ਤਾਂ ਉਹਦੇ ਤੇ ਐਨ ਆਈ ਏ ਕੋਰਟ ਨੇ ਸਾਫ਼ ਕਰ ਦਿੱਤਾ ਕਿ ਇਹ ਮਾਜ਼ਰਾ, ਇਹ ਮਸਲਾ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਨੇ ਵਿਚਾਰਨਾ। ਪਰ ਅੱਜ ਇਸੇ ਦਰਮਿਆਨ ਇੱਕ ਹੋਰ ਟਿੱਪਣੀ ਬੜੀ ਸਖ਼ਤ ਕੀਤੀ ਹੈ ਐਨ ਆਈ ਏ ਕੋਰਟ ਨੇ, ਜਿਹਦੀ ਕਿ ਕਵਰੇਜ ਬੜੀ ਘੱਟ ਹੋਈ ਆ ਮੀਡੀਆ ਚ। ਤਾਂ ਜਿਹੜੀਆਂ ਏਦਾਂ ਦੀਆਂ ਖ਼ਬਰਾਂ ਨੇ ਉਹ ਦੱਬ ਖੱਬ ਜਾਂਦੀਆਂ ਨੇ ਏਦਾਂ ਦੇ ਮਾਹੌਲ ਦੇ ਵਿੱਚ, ਜਿੱਥੇ ਭਾਸ਼ਣਬਾਜ਼ੀ, ਜਿੱਥੇ ਦੂਸ਼ਣਬਾਜ਼ੀ ਜਿਹੜੀ ਆ ਹਾਵੀ ਰਹਿੰਦੀ ਆ ਮੁੱਦਿਆਂ ਦੀ। ਤਾਂ ਅੱਜ ਜਦੋਂ ਐਨ ਆਈ ਏ ਕੋਰਟ ਦੇ ਵਿੱਚ ਐਨ ਆਈ ਏ ਨੇ ਇਹ ਗੱਲ ਕਹੀ ਕਿ ਜੀ ਦੇਖੋ ਇਹਨਾਂ ਦੇ ਖਿਲਾਫ਼ ਸਬੂਤ ਨਹੀਂ ਹੈ, ਤਾਂ ਦੱਸਦੇ ਆ ਕਿ ਐਨ ਆਈ ਏ ਕੋਰਟ ਦੇ ਜੱਜ ਆ ਜਿਹੜੇ ਉਹ ਟੁੱਟ ਕੇ ਪੈ ਗਏ ਐਨ ਆਈ ਏ। ਉਹ ਕਹਿੰਦੇ ਕਮਾਲ ਕਰਦੇ ਹੋ ਤੁਸੀਂ, ਕਿਉਂ ਨੀ ਸਬੂਤ? ਉਹ ਕਹਿੰਦੇ ਜੇ ਸਬੂਤ ਨਹੀਂ ਤਾਂ ਏ ਟੀ ਐਸ ਨੇ ਇਸ ਸਾਧਵੀ ਦੇ ਖਿਲਾਫ ਚਾਰਜਸ਼ੀਟ ਫਾਈਲ ਕਿਉਂ ਕੀਤੀ ਸੀ? ਇਹ ਦੋਸ਼ ਹੀ ਨਹੀਂ ਹੈ। ਤੁਸੀਂ ਕਹਿੰਦੇ ਕਿ ਇਹਦੇ ਤੇ ਸਬੂਤ ਨਹੀਂ ਹੈ, ਇਹਦੇ ਤੇ ਉਹ ਦੋਸ਼ ਨਹੀਂ ਬਣਦੇ। ਕਹਿੰਦੇ ਕਿ ਜੇ ਸਬੂਤ ਨਹੀਂ ਸਨ, ਜੇ ਦੋਸ਼ ਨਹੀਂ ਸਨ, ਤਾਂ ਚਾਰਜਸ਼ੀਟ ਫਾਈਲ ਕਿਉਂ ਕੀਤੀ ਆ? ਤਾਂ ਐਨ ਆਈ ਏ ਕੋਰਟ ਨੇ ਕਾਫੀ ਤਕੜੀ ਫਟਕਾਰ ਲਾਈ ਹੈ ਐਨ ਆਈ ਏ ਨੂੰ। ਤਾਂ ਤੁਸੀਂ ਦੇਖ ਲਓ ਕਿ ਚੱਲ ਕੀ ਰਿਹਾ, ਕਿ ਐਨ ਆਈ ਏ ਕਹਿੰਦੀ ਪਈ ਆ ਕਿ ਸਬੂਤ ਨਹੀਂ ਹੈਗੇ, ਐਨ ਆਈ ਏ ਕੋਰਟ ਕਹਿੰਦੀ ਕਿ ਝੂਠ ਨਾ ਬੋਲੋ, ਝੂਠ ਨਾ ਬੋਲੋ, ਜੇ ਸਬੂਤ ਨਹੀਂ ਸੀ ਤੇ ਚਾਰਜਸ਼ੀਟ ਕਿੱਥੋਂ ਆ ਗਈ? ਤਾਂ ਮਾਹੌਲ ਇਸ ਤਰ੍ਹਾਂ ਦਾ ਬਣਿਆ ਪਿਆ। ਇਸ ਮਾਹੌਲ ਦੇ ਵਿੱਚ ਹੁਣ ਜਿੱਦਾਂ ਤੁਸੀਂ ਸੰਭਾਵਨਾ ਜ਼ਾਹਰ ਕਰ ਹੀ ਦਿੱਤੀ ਆ ਕਿ ਸਾਧਵੀ ਪ੍ਰਗਿਆ ਇਲੈਕਸ਼ਨ ਲੜੂਗੀ, ਤਾਂ ਉਸ ਸੰਭਾਵਨਾ ਦੇ ਵਿੱਚ ਸਿੱਟਾ ਕੀ ਨਿਕਲੂਗਾ ਇਹ ਵੇਖਣਾ ਪਊ, ਇੰਤਜ਼ਾਰ ਕਰਨਾ ਪਊ ਕਿ ਹਿੰਦੂਤਵ ਦਾ ਪੱਤਾ ਜਿਹੜਾ ਉਹ ਇੱਥੇ ਭੋਪਾਲ ਦੇ ਵਿੱਚ ਕੋਈ ਕਰਾਮਾਤ ਦਿਖਾਉਂਦਾ। ਜੇ ਇੱਥੇ ਉਹ ਕਰਾਮਾਤ ਦਿਖਾਉਂਦਾ ਤੇ ਉਸ ਕਰਾਮਾਤ ਦਾ ਪੂਰੇ ਭਾਰਤ ਦੇ ਵਿੱਚ ਕਿੰਨਾ ਕੁ ਅਸਰ ਹੋਊਗਾ, ਇਹ ਦੇਖਣਾ ਦਿਲਚਸਪ ਰਹਿਣਾ, ਕਿਉਂਕਿ ਵਿਕਾਸ ਪੁਰਸ਼ ਤੇ ਹੁਣ ਪਿੱਛੇ ਰਹਿ ਗਿਆ। ਜੀ ਜੀ ਵਿਕਾਸ ਪੁਰਸ਼ ਦਾ ਤਾਂ ਪਤਾ ਹੀ ਸੀ ਉਹਨਾਂ ਨੂੰ ਬਿਲਕੁਲ। ਅਗਲੀ ਜਿਹੜੀ ਆ ਗੱਲ ਕਰਦੇ, ਕਹਿੰਦੇ ਕਵਿਤਾ ਖੰਨਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੀ ਆ? ਬਿਲਕੁਲ, ਕਵਿਤਾ ਖੰਨਾ ਨੇ ਬਾਗੀ ਕਵਿਤਾ ਦਾ ਗਾਇਨ ਸ਼ੁਰੂ ਕਰ ਦਿੱਤਾ। ਤੁਹਾਨੂੰ ਪਤਾ ਹੀ ਆ ਕਿ ਨਲਕਾ ਪੱਟ ਸਨੀ ਦਿਓਲ ਹੈ ਜਿਹੜਾ, ਉਹ ਗੁਰਦਾਸਪੁਰ ਦੇ ਵਿੱਚ ਆ ਗਿਆ। ਤਾਂ ਗੁਰਦਾਸਪੁਰ ਦੇ ਵਿੱਚ ਆਉਣ ਤੋਂ ਪਹਿਲਾਂ ਉਹਨੇ ਕੁਛ ਘੰਟੇ ਹੀ ਪਾਰਟੀ ਚ ਬਿਤਾਏ ਸੀ। ਤਾਂ ਕਹਿਣ ਦਾ ਭਾਵ ਇਹੋ ਆ ਕਿ ਉਹਨੇ ਪਾਰਟੀ ਚ ਐਂਟਰੀ ਮਾਰੀ, ਨਾਲ ਦੀ ਨਾਲ
ਟਿਕਟ ਫੜੀ ਤੇ ਗੁਰਦਾਸਪੁਰ ਆ ਗਿਆ। ਹੁਣ ਜਿਹੜਾ ਖੰਨਾ ਪਰਿਵਾਰ ਆ, ਖੰਨਾ ਪਰਿਵਾਰ ਨੂੰ ਜੇ ਆਪਾਂ ਦੇਖੀਏ ਤੇ ਮੇਰੇ ਖਿਆਲ ਦੇ ਨਾਲ 1.5-2 ਦਹਾਕੇ ਤੇ ਇਹਨਾਂ ਨੂੰ ਇੱਥੇ ਗੁਰਦਾਸਪੁਰ ਦੇ ਵਿੱਚ ਹੀ ਹੋ ਗਿਆ ਵਿਚਰਦੇ ਹਨ। ਬਹੁਤ ਲੰਮਾ ਸਮਾਂ ਹੋ ਗਿਆ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ, ਹਾਲਾਂਕਿ ਖੰਨਾ ਫੈਮਿਲੀ ਵਾਂਗੂ ਧਰਮਿੰਦਰ ਫੈਮਿਲੀ ਵੀ ਬਹੁਤ ਲੰਮੇ ਸਮੇਂ ਤੋਂ ਜੁੜੀ ਆ, ਪਰ ਸੰਨੀ ਦਿਓਲ ਦੀ ਐਂਟਰੀ ਅੱਜ ਹੋਈ ਆ। ਜਦਕਿ ਕਵਿਤਾ ਖੰਨਾ ਜਿਹੜੀ ਆ ਉਹ ਪਿਛਲੀ ਦਫਾ ਜਦੋਂ ਜ਼ਿਮਨੀ ਚੋਣ ਹੋਈ ਸੀਗੀ ਤਾਂ ਉਦੋਂ ਵੀ ਦਾਅਵੇਦਾਰ ਸੀ। ਤਾਂ ਜੇ ਦੇਖੀਏ ਆਪਾਂ ਕਿ ਖੰਨਾ ਦੇ ਇੰਤਕਾਲ ਤੋਂ ਬਾਅਦ ਹਮਦਰਦੀ ਦਾ ਜੇ ਫਾਇਦਾ ਲੈ ਸਕਦੀ ਸੀ ਕੋਈ ਤਾਂ ਬੀਬੀ ਕਵਿਤਾ ਖੰਨਾ ਲੈ ਸਕਦੀ ਸੀ, ਪਰ ਉਦੋਂ ਭਾਰਤੀ ਜਨਤਾ ਪਾਰਟੀ ਨੇ ਯਕੀਨ ਸੀਗਾ ਜਿਹੜਾ ਉਹ ਪ੍ਰਗਟਾਇਆ ਸੀਗਾ ਸਲਾਰੀਆ ਤੇ, ਤੇ ਸਲਾਰੀਆ ਫਿਰ ਹਾਰੀਆ ਕਿਸ ਤਰ੍ਹਾਂ ਬਣਿਆ ਸੀਗਾ ਉਹ ਆਪਾਂ ਨੂੰ ਸਭ ਨੂੰ ਪਤਾ, ਸੁਨੀਲ ਜਾਖੜ ਅਬੋਹਰੋਂ ਬਸ ਤੇ ਚੜਿਆ ਤੇ ਫਿਰ ਮੁੜ ਕੇ ਜਾ ਕੇ ਜਿਹੜਾ ਉਹਨੇ ਕੰਮ ਉੱਥੇ ਕਰਿਆ ਉਹ ਸਭ ਨੂੰ ਪਤਾ। ਤਾਂ ਇਸ ਸੂਰਤ ਦੇ ਵਿੱਚ ਕਿ ਜਦੋਂ ਹੁਣ ਸੰਨੀ ਦਿਓਲ ਵਿੱਚ ਆੜਿਆ, ਬੀਬੀ ਕਵਿਤਾ ਖੰਨਾ ਦੀਆਂ ਕੀਤੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ, ਤਾਂ ਉਹਨਾਂ ਨੇ ਹੁਣ ਇਹ ਰਾਗ ਵਾਲ ਆਪਣੇ ਸ਼ੁਰੂ ਕਰ ਦਿੱਤੇ ਆ। ਵੈਸੇ ਤੇ ਅਕਸ਼ੇ ਖੰਨਾ ਵੀ ਦਿਲ ਚ ਕਹਿੰਦਾ ਹੋਣਾ ਕਿ ਅਸੀਂ ਐਵੇਂ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੇ ਐਕਸੀਡੈਂਟ ਕਰਦੇ ਰਹੇ, ਸਾਡੇ ਪੇੜ ਪੱਲੇ ਕੁਛ ਵੀ ਨੀ ਪਿਆ। ਤਾਂ ਬੀਬੀ ਕਵਿਤਾ ਖੰਨਾ ਨੇ ਹੁਣ ਇਹ ਆਖਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਵਿਚਾਰ ਕਰ ਰਹੇ ਹਾਂ ਕਿ ਅਸੀਂ ਆਜ਼ਾਦ ਵੀ ਲੜ ਸਕਦੇ ਹਾਂ। ਤੇ ਜੇ ਮੰਨ ਲਓ ਇਸ ਤਰ੍ਹਾਂ ਦੀ ਕੋਈ ਗੁੰਜਾਇਸ਼ ਬਣਦੀ ਹੈ, ਇਸ ਤਰ੍ਹਾਂ ਦੀ ਕੋਈ ਸੰਭਾਵਨਾ ਬਣਦੀ ਆ, ਇਹ ਤੇ ਪਹਿਲਾਂ ਹੀ ਡੁੱਬਦੇ ਵੇੜੇ ਦੇ ਵਿੱਚ ਸਵਾਰ ਆ, ਤਾਂ ਫਿਰ ਜੇ ਕਵਿਤਾ ਖੰਨਾ ਬਗਾਵਤ ਕਰਦੀ ਤੇ ਉਹ ਬਗਾਵਤ ਡੁੱਬਦੀ ਬੇੜੀ ਦੇ ਵਿੱਚ ਵੱਟੇ ਨੀ, ਮੈਂ ਕਹਿੰਦਾ ਕਿ ਟਨ ਟਨ ਦੇ ਪੱਥਰ ਹੀ ਹੋਣਗੇ। ਜੀ ਜੀ, ਅਗਲੀ ਗੱਲ ਕਰਦੇ ਕੈਪਟਨ ਦਾ ਫਰਮਾਨ, ਐਮ ਪੀ ਜਿਤਾਓ ਨਹੀਂ ਤਾਂ ਕੁਰਸੀਆਂ ਗਵਾਓ, ਫੌਜੀ ਫਰਮਾਨ ਹੀ ਕਿਹਾ ਜਾ ਸਕਦਾ ਫਿਰ? ਸਹੀ ਗੱਲ ਭਾਈ, ਹੁਕਮ ਕਰੋ ਤੁਸੀਂ ਕਰਕੇ ਦਿਖਾਓ, ਨਹੀਂ ਤਾਂ ਅਸੀਂ ਤੁਹਾਨੂੰ ਕਰਕੇ ਦਿਖਾ ਦਿਆਂਗੇ ਜੋ ਕੁਛ ਕਰ ਸਕਦੇ ਹਾਂ। ਤਾਂ ਇਹਨਾਂ ਨੇ ਇਹ ਫੌਜੀ ਫਰਮਾਨ ਜਿਹੜਾ ਉਹ ਜਾਰੀ ਕੀਤਾ ਵਾ ਕਿ ਭਾਈ ਆਪੋ ਆਪਣੇ ਹਲਕੇ ਦੇ ਵਿੱਚ ਤੁਸੀਂ ਉਮੀਦਵਾਰ ਕਾਮਯਾਬ ਕਰੋ, ਨਹੀਂ ਤੇ ਫਿਰ ਤੁਹਾਡੀ ਨਾਕਾਮਯਾਬੀ ਹੈ ਜਿਹੜੀ ਉਹ ਤੁਹਾਡੀ ਕੁਰਸੀ ਦੀਆਂ ਚੂਲਾਂ ਹਿਲਾ ਦਊਗੀ। ਤਾਂ ਖੁੱਲੀ ਚੇਤਾਵਨੀ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ। ਵੈਸੇ ਅੱਜ ਇਹਨਾਂ ਨੇ ਪੰਥਕ ਮੁੱਦੇ ਵੀ ਕਾਫੀ ਛੋਏ ਆ, ਅਕਾਲ ਤਖ਼ਤ ਦੀ ਦੁਰਵਰਤੋਂ ਦਾ ਮਾਮਲਾ ਚੁੱਕਿਆ, ਸ਼੍ਰੋਮਣੀ ਕਮੇਟੀ ਚੋਂ ਬਾਦਲ ਪਰਿਵਾਰ ਨੂੰ ਬੇਦਖਲ ਕਰਨ ਦਾ ਸੱਦਾ ਦਿੱਤਾ, ਇਸ ਤਰ੍ਹਾਂ ਦੇ ਕੁਛ ਪੰਥਕ ਮੁੱਦੇ ਵੀ ਛੋਏ ਆ ਜੋ ਆਉਣ ਵਾਲੇ ਸਮੇਂ ਲਈ ਇੱਕ ਮੈਂ ਕਹੂੰਗਾ ਕਿ ਖਤਰਨਾਕ ਸੰਕੇਤ ਆ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਿ ਉਹ ਦੂਸਰੀ ਰਾਜਨੀਤੀ ਵਾਸਤੇ ਵੀ ਤਿਆਰ ਹੈ। ਤਾਂ ਅੱਜ ਜਿਹੜਾ ਇਹ ਮੁੱਖ ਬਿਆਨ ਆਇਆ ਜਿਹੜਾ ਕਿ ਹੁਣ ਚਰਚਾ ਦਾ ਵਿਸ਼ਾ ਬਣਿਆ ਪਿਆ ਵਾ, ਤਾਂ ਇਹਨਾਂ ਨੇ ਕਿਹਾ ਕਿ ਮਿਸ਼ਨ 13 ਜਿਹੜਾ ਪੰਜਾਬ ਦੀਆਂ ਸਾਰੀਆਂ ਦੀਆਂ ਸਾਰੀਆਂ ਸੀਟਾਂ, ਇਸ ਮਿਸ਼ਨ ਨੂੰ ਇਸ ਟਾਰਗੇਟ ਨੂੰ ਹਾਸਿਲ ਕਰਨ ਵਾਸਤੇ ਗਤੀ ਵਧਾਉਣ ਲਈ ਜੋ ਪ੍ਰਧਾਨ ਇਹਨਾਂ ਦੇ ਪਾਰਟੀ ਪ੍ਰਧਾਨ ਹੈ ਰਾਹੁਲ ਗਾਂਧੀ, ਉਹਨਾਂ ਦੀ ਲੀਡਰਸ਼ਿਪ ਵੱਲੋਂ ਹਾਈ ਕਮਾਂਡ ਵੱਲੋਂ ਫੈਸਲਾ ਲਿਆ ਗਿਆ, ਤਾਂ ਉਹਦੇ ਆਧਾਰ ਤੇ ਇਹਨਾਂ ਨੇ ਆਖਿਆ ਕਿ ਭਾਈ ਤੁਹਾਨੂੰ ਆਪੋ ਆਪਣੇ ਇਲਾਕੇ ਦੇ ਵਿੱਚ ਕੈਂਡੀਡੇਟ ਆ ਜਿਹੜੇ ਉਹ ਕਾਮਯਾਬ ਕਰਨੇ ਪੈਣਗੇ, ਨਹੀਂ ਤੇ ਫਿਰ ਅਸੀਂ ਕਾਰਵਾਈ ਕਰਾਂਗੇ। ਮਤਲਬ ਇਹ ਹੈ ਕਿ ਤੁਹਾਨੂੰ ਰਾਜ ਤੋਂ ਦਖਲ ਜਿਹੜਾ ਰਾਜ ਤੋਂ ਬੇਦਖਲ ਕਰ ਦਿੱਤਾ ਜਾਊਗਾ। ਤਾਂ ਇਹ ਹੁਣ ਵੇਖਣਾ ਹੋਏਗਾ ਕਿ ਇਸ ਚੇਤਾਵਨੀ ਦਾ ਕਿੰਨਾ ਕੁ ਅਸਰ ਹੈ। ਪਹਿਲੀ ਗੱਲ ਤੇ ਆ ਕਿ ਕੀ ਇਹਨਾਂ ਨੂੰ ਯਕੀਨ ਨਹੀਂ ਹੈ ਕਿ ਆਪੋ ਆਪਣੇ ਇਲਾਕੇ ਦੇ ਵਿੱਚ ਆਪੋ ਆਪਣੇ ਹਲਕੇ ਦੇ ਵਿੱਚ ਇਹਨਾਂ ਦੇ ਲੀਡਰ ਆ ਜਿਹੜੇ ਉਹ ਰੂਹ ਤੋਂ ਜ਼ੋਰ ਨਹੀਂ ਲਾਉਣਗੇ। ਔਰ ਦੂਜੀ ਗੱਲ ਇਹ ਮੰਨ ਲਓ ਜਿੱਦਾਂ ਇਹਨਾਂ ਨੇ ਕਿਹਾ ਕਿ ਬਾਈ ਹੁੱਕ ਔਰ ਕਰੁੱਖ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮਿਸ਼ਨ ਹੈ ਜਿਹੜਾ ਕਾਮਯਾਬ ਕਰਨਾ, ਸਾਰਾ ਕੁਛ ਹੇਠਲੇ ਪੱਧਰ ਤੇ ਠੀਕ ਕਰ ਦਿੰਦੇ ਆ, ਤੇ ਚਾਹੇ ਉਹ ਡਾਂਗ ਨਾਲ, ਚਾਹੇ ਸੋਟੇ ਨਾਲ, ਚਾਹੇ ਰੁਪਈਏ ਨਾਲ, ਚਾਹੇ ਕੋਟੇ ਨਾਲ, ਜਿੱਦਾਂ ਮਰਜ਼ੀ ਕਰ ਦਿੰਦੇ ਆ। ਪਰ ਫਿਰ ਵੀ ਮੰਨ ਲਓ 13-13 ਨਹੀਂ ਆਉਂਦੀਆਂ, ਕਰ ਕਰਾ ਕੇ ਵੀ ਅਕਾਲੀ ਜਾਂ ਹੋਰ ਜਿਹੜੇ ਇਹਨਾਂ ਦੇ ਵਿਰੋਧੀ ਧਿਰਾਂ ਵਾਲੇ ਆ, ਜੇ ਉਹ 2-3-4 ਸੀਟਾਂ ਲੈ ਜਾਂਦੇ ਆ ਤਾਂ ਕੀ ਫਿਰ ਮੁੱਖ ਮੰਤਰੀ ਨੂੰ ਆਪਣੇ ਤੇ ਇਹ ਸਿਧਾਂਤ ਨਹੀਂ ਲਾਗੂ ਕਰਨਾ ਚਾਹੀਦਾ? ਕਿਉਂਕਿ ਉਸ ਸੂਰਤ ਦੇ ਵਿੱਚ ਜਦੋਂ ਸਾਰੀਆਂ ਪੈਂਤੜੇਬਾਜ਼ੀਆਂ ਇਹਨਾਂ ਦੀਆਂ ਧਰੀਆਂ ਧਰਾਈਆਂ ਰਹਿ ਜਾਣਗੀਆਂ, ਤਾਂ ਉੱਥੇ ਫਿਰ ਸੰਦੇਸ਼ ਤੇ ਇਹੋ ਜਾਊਗਾ ਨਾ ਕਿ ਜਿਹੜਾ ਵੱਡਾ ਚਿਹਰਾ ਕੈਪਟਨ ਅਮਰਿੰਦਰ ਸਿੰਘ, ਕਿਤੇ ਨਾ ਕਿਤੇ ਪੰਜਾਬ ਦੇ ਲੋਕ ਉਹਦੇ ਤੋਂ ਹੁਣ ਉਪਟਾਉਂਦੇ ਜਾਂਦੇ ਆ। ਉਸ ਸੂਰਤ ਦੇ ਵਿੱਚ ਜਦੋਂ ਤੁਹਾਡੀਆਂ ਕਾਰਕਰਦਗੀਆਂ ਜਿਹੜੀਆਂ ਉਹ ਲੋਕ ਕਚਹਿਰੀ ਚ ਮੋਢੇ ਮੂੰਹ ਹੋਣਗੀਆਂ, ਕਿ ਤੁਸੀਂ ਉਹ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਉਤੋਗੇ? ਤਾਂ ਇਹ ਬਹੁਤ ਵੱਡਾ ਸਵਾਲ ਆ ਕਿ ਜਦੋਂ ਰਾਹੁਲ ਗਾਂਧੀ ਨੇ ਰਿਕਾਰਡ ਹੀ ਬਣਾ ਦਿੱਤਾ ਸੀ 35-30 ਦੇ ਕਰੀਬ ਇਲੈਕਸ਼ਨ ਹਾਰ ਗਿਆ ਸੀ ਲਗਾਤਾਰ, ਰਾਹੁਲ ਗਾਂਧੀ ਨੂੰ ਤੁਸੀਂ ਆਹ ਚੀਜ਼ ਕਹੀ ਸੀਗੀ ਕਿ ਭਾਈ ਜੇ ਤੂੰ ਐਤਕੀ ਨਾਲ ਇਲੈਕਸ਼ਨ ਨਾ ਜਿੱਤਿਆ ਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਤੈਨੂੰ ਬੇਦਖਲ ਕਰ ਦੇਣਾ, ਫਿਰ ਪਾਰਟੀ ਦੇ ਪੋਸਟਰ ਲਾਉਂਦਾ ਫਿਰ ਦਿੱਲੀ ਦੀਆਂ ਗਲੀਆਂ ਚ। ਜੀ,
ਜੀ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਬਣਦਾ। ਅਤੇ ਕੀ ਵੈਸੇ ਮਿੰਟੂ ਜੀ, ਜਿੱਦਾਂ ਇਸ ਵਾਰ ਕੋਈ ਪਤਾ ਨਹੀਂ ਲੱਗ ਰਿਹਾ ਵੀ ਹਵਾ ਕਿਹਦੀ ਹੈ ਕਿਹਦੀ ਨਹੀਂ ਹੈ ਇਲੈਕਸ਼ਨਾਂ ਦੇ ਵਿੱਚ, ਕੀ ਬਾਦਲ ਜੋੜੇ ਦੇ ਇਲੈਕਸ਼ਨ ਦੇ ਮੈਦਾਨ 'ਚ ਉਤਰਨ ਤੋਂ ਬਾਅਦ ਦੇ ਵਿੱਚ ਕਾਂਗਰਸ ਦੀ ਹਵਾ ਥੋੜ੍ਹੀ ਠੰਡੀ ਪਈ ਹੈ ਜਾਂ ਕੀ ਬਣਿਆ? ਮਾੜਾ ਜਿਹਾ ਰਿਪੀਟ ਕਰੋ। ਮੈਂ ਜਿੱਦਾਂ ਕਹਿ ਰਿਹਾ ਸੀਗਾ ਵੀ ਇਸ ਵਾਰ ਪਤਾ ਨਹੀਂ ਲੱਗ ਰਿਹਾ ਵੀ ਹਵਾ ਕਿਸ ਦੀ ਵਹਿ ਰਹੀ ਹੈ, ਵੀ ਕਾਂਗਰਸ ਦੀ ਹੈ, ਅਕਾਲੀਆਂ ਦੀ, ਆਮ ਆਦਮੀ ਪਾਰਟੀ ਦੀ, ਜੇ ਆਪਾਂ ਪੰਜਾਬ ਦੇ ਤੌਰ ਤੇ ਗੱਲ ਕਰੀਏ। ਤੇ ਕੀ ਬਾਦਲ ਜੋੜੇ ਦੇ ਉਤਰਨ ਦੇ ਨਾਲ ਕਾਂਗਰਸ ਦੀ ਹਵਾ ਘਟੀ ਹੈ ਥੋੜ੍ਹੀ ਜਾਂ ਕੀ ਹੋਇਆ, ਕੀ ਹੈ, ਕਿੱਦਾਂ ਚੱਲ ਰਿਹਾ? ਨਹੀਂ ਦੇਖੋ ਦੇਖੋ ਬਾਦਲਾਂ ਨੂੰ ਤੇ ਮਰਦਿਆਂ ਨੂੰ ਅੱਖ ਛੱਡਣਾ ਪਿਆ। ਉਹਨਾਂ ਦੇ ਕੋਲ ਬਚਾਉਣ ਵਾਸਤੇ ਇਹੀ ਦਾਅ ਸੀਗਾ, ਉਹ ਦਾਅ ਉਹਨਾਂ ਨੇ ਖੇਡਿਆ ਕਿ ਜੇ ਉਹ ਮੰਨ ਲਓ ਬਠਿੰਡਾ ਫਿਰੋਜ਼ਪੁਰ ਦੋ ਤਿੰਨ ਸੀਟਾਂ ਵੀ ਨਹੀਂ ਜਿੱਤਦੇ ਉਹ ਤੇ ਖਤਮ ਨੇ ਸਿਆਸੀ ਤੌਰ ਤੇ, ਉਹ ਉਹਨਾਂ ਦੀ ਜ਼ਰੂਰਤ ਆ, ਉਹਨਾਂ ਦੀ ਦਰਕਾਰ ਆ, ਮੈਦਾਨ ਚ ਉਤਰੇ ਆ। ਤੇ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਜਿੱਦਾਂ ਦਾ ਹੁਣ ਮੁਕਾਬਲਾ ਦਿੱਤਾ ਲੱਗਦਾ ਉਹ ਆ ਕਿ ਇੱਥੇ ਘੱਟੋ ਘੱਟ ਕਾਂਗਰਸ ਜਿਹੜੀ ਆ ਬਹੁਤੀ ਉਮੀਦ ਨਹੀਂ ਰੱਖੂਗੀ, ਇੱਥੇ ਝਟਕਾ ਮਿਲ ਸਕਦਾ ਦੋ ਤਿੰਨ ਸੀਟਾਂ ਤੇ ਜਿਹੜੀਆਂ ਤੇ ਆਪਾਂ ਦੇਖਦੇ ਹਾਂ। ਤਾਂ ਓਵਰਆਲ ਜਿਹੜੀ ਹਵਾ ਦੀ ਤੁਸੀਂ ਗੱਲ ਕਰਦੇ ਹੋ, ਹਵਾ ਦਾ ਰੁੱਖ ਜਿਹੜਾ ਐਤਕੀ ਵੈਸੇ ਤੇ ਆਮ ਤੌਰ ਤੇ ਜੇ ਦੇਖੋਗੇ ਇੱਕ ਚੀਜ਼ ਬੜੀ ਦਿਲਚਸਪ ਹੈ ਪੰਜਾਬ ਦੀ ਰਾਜਨੀਤੀ ਚ, ਕਿ ਜਦੋਂ ਲੋਕ ਸਭਾ ਦੇ ਇਲੈਕਸ਼ਨ ਆਉਂਦੇ, ਜਿਵੇਂ ਆਪਾਂ ਦੇਖਿਆ ਸੀ ਉਦਾਹਰਨ ਦੇ ਤੌਰ ਤੇ ਪਿਛਲੀ ਦਫਾ ਸਰਕਾਰ ਸੀਗੀ ਅਕਾਲੀ ਭਾਜਪਾ ਦੀ, ਲਹਿਰ ਸੀਗੀ ਅਕਾਲੀ ਭਾਜਪਾ ਦੀ, ਕੇਂਦਰ ਦੇ ਵਿੱਚ ਭਾਜਪਾ ਦੀ ਫੁੱਲ ਲਹਿਰ ਸੀ, ਪਰ ਪੰਜਾਬੀਆਂ ਨੇ ਕੀ ਕੀਤਾ ਕਿ ਰਾਜ ਸਰਕਾਰ ਨੂੰ ਸਭ ਕਸਾ ਦਿੱਤਾ ਇੱਥੋਂ ਦੀ ਸਰਕਾਰ। ਤਾਂ ਆਪਣੇ ਪੰਜਾਬੀਆਂ ਦੀ ਸੋਚ ਜਿਹੜੀ ਹੈ ਤੁਹਾਨੂੰ ਪਤਾ ਥੋੜੀ ਬਾਗੀ ਹੈ, ਬਾਗੀ ਤਬੀਅਤ ਦੇ ਮਾਲਕ ਆ, ਕਿ ਜਿਹੜੇ ਸੱਤਾ ਸਤਾਬਦੀ ਵਾਲੇ ਹੁੰਦੇ ਉਹਨਾਂ ਦੇ ਵਿਰੋਧ ਚ ਜਾਣ ਲੱਗਿਆ ਮਿੰਟ ਮਾਰਦੇ ਆ। ਤਾਂ ਐਤਕੀ ਕੀ ਉਹ ਤਬੀਅਤ ਰੰਗ ਦਿਖਾਊਗੀ, ਇਹਦਾ ਇਮਕਾਨ ਘੱਟ ਆ, ਕਿਉਂਕਿ ਦੇਖੋ ਦੂਸਰੀਆਂ ਧਿਰਾਂ ਸਾਰੀਆਂ ਕਮਜ਼ੋਰ ਨੇ ਆ, ਕੁਛ ਲੋਕ ਸਥਾਪਿਤ ਹੋਣ ਦਾ ਯਤਨ ਕਰਦੇ ਪਏ ਆ, ਅਕਾਲੀ ਜਿਹੜੇ ਆ ਉਹ ਪੁਨਰ ਸਥਾਪਿਤ ਹੋਣ ਦਾ ਯਤਨ ਕਰਦੇ ਪਏ, ਉਹ ਪੁਨਰ ਸੁਰਜੀਤੀ ਦੇ ਦੌਰ ਦੇ ਵਿੱਚ ਆ, ਤਾਂ ਇਹਦਾ ਫਾਇਦਾ ਮਿਲ ਸਕਦਾ। ਅਦਰਵਾਈਜ਼ ਜੇ ਆਪਾਂ ਦੇਖੀਏ ਜੇ ਬਰਗਾੜੀ ਵਾਲਾ ਮਾਮਲਾ, ਬਹਿਬਲ ਵਾਲਾ ਮਾਮਲਾ, ਜਾਂ ਹੋਰ ਸਿੱਖਾਂ ਦੇ ਕੁਛ ਮਸਲੇ ਜਿਹੜੇ ਛੱਡ ਦਈਏ, ਤਾਂ ਕਾਂਗਰਸ ਦੇ ਪੱਲੇ ਕੁਛ ਨਹੀਂ ਹੈ, ਸਿਰਫ ਇਹਨਾਂ ਨੇ ਕਰਜ਼ ਮਾਫ਼ੀ ਵਾਲਾ ਹੀ ਕੰਮ ਕੀਤਾ ਹੁਣ ਤੱਕ, ਜਿਹਨੂੰ ਇਹ ਪਰਚਾ ਸਕਦੇ ਵਡਿਆ ਸਕਦੇ ਆ, ਤਾਂ ਪੱਲੇ ਕੁਛ ਵੀ ਨਹੀਂ ਹੈ। ਪਰ ਐਤਕੀ ਮੈਂ ਤੁਹਾਨੂੰ ਜਿਵੇਂ ਕਿਹਾ ਕਿ ਦੂਸਰੀਆਂ ਧਿਰਾਂ ਥੋੜੀਆਂ ਕਮਜ਼ੋਰ ਹੈ, ਉਹਦਾ ਲਾਹ ਮਿਲ ਸਕਦਾ, ਹੋਰ ਪੱਲੇ ਕੱਖ ਨਹੀਂ ਹੈ। ਜੀ ਜੀ ਬਿਲਕੁਲ ਬਿਲਕੁਲ, ਉਹ ਵੀ ਖਿੰਡੀਆਂ ਬੁੰਡੀਆਂ ਨੇ। ਅਗਲੀ ਜੇ ਗੱਲ ਕਰੀਏ ਸ਼ੇਰ ਸਿੰਘ ਘੁਬਾਇਆ ਨੂੰ, ਕਹਿੰਦੇ ਸੁੱਖ ਦਾ ਸਾਹ ਸੋਢੀ ਨਾਲ ਤੁਰਿਆ ਹੈ। ਵਾਕਈ ਸੁੱਖ ਦਾ ਸਾਹ ਆਉਣਾ, ਕਿਉਂਕਿ ਘਬਾਇਆ ਵਿੱਚੋਂ ਜੇ ਤੇ ਘਬਰਾਇਆ ਬਣਿਆ ਪਿਆ ਸੀਗਾ, ਜਿਸ ਤਰੀਕੇ ਦੇ ਨਾਲ ਸੋਢੀ ਨੇ ਆਪਣੇ ਫਾਰਮ ਹਾਊਸ ਤੇ ਸਾਰੇ ਆਪਣੇ ਸੰਗੀ ਸਾਥੀਆਂ ਨੂੰ ਬੁਲਾ ਕੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਅਸੀਂ ਦੇਖੋ ਜੀ ਰਾਹੁਲ ਗਾਂਧੀ ਕੋਲ ਚੱਲੇ ਹਾਂ, ਕਿਉਂਕਿ ਟਿਕਟ ਜਿਹੜੀ ਆ ਬੜੀ ਗਲਤ ਥਾਂ ਤੇ ਦੇ ਦਿੱਤੀ ਆ। ਤੇ ਤਾਂ ਹੀ ਅੱਜ ਸ਼ੇਰ ਸਿੰਘ ਘਬਾਇਆ ਸੀਗਾ, ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਲਾਗੇ ਲਾਗੇ ਬੈਠਾ ਸੀ ਸੰਗਰੂਰ ਦੇ ਵਿੱਚ, ਗੱਲਾਂ ਬਾਤਾਂ ਵੀ ਕੰਨਾਂ ਦੇ ਵਿੱਚ ਹੋਈਆਂ, ਤਾਂ ਉਹ ਜਿਹੜੀਆਂ ਸਰਗੋਸ਼ੀਆਂ ਸੀਗੀਆਂ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਸੰਕੇਤ ਵੀ ਦਿੱਤਾ। ਸੰਕੇਤ ਇਹ ਆ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਸ਼ੇਰ ਸਿੰਘ ਘੁਬਾਇਆ ਦੇ ਜਦੋਂ ਕਾਗਜ਼ ਭਰੇ ਜਾਣਗੇ ਉਸ ਮੌਕੇ ਤੇ ਹਾਜ਼ਰ ਰਹਿ ਸਕਦਾ। ਤਾਂ ਦੂਜੀ ਚੀਜ਼ ਜਿਹੜੀ ਇਹ ਆ ਕਿ ਸ਼ੇਰ ਸਿੰਘ ਘੁਬਾਇਆ ਠੀਕ ਆ ਕਿ ਇੱਕ ਪੱਖ ਤੋਂ ਤੇ ਥੋੜਾ ਸੁਰੱਖਿਅਤ ਮਹਿਸੂਸ ਕਰੂਗਾ, ਉਹਦੇ ਨਾਲ ਰਾਣਾ ਗੁਰਮੀਤ ਸੋਢੀ ਦੀ ਸਪੋਰਟ ਜੁੜ ਗਈ ਆ, ਹਾਲਾਂਕਿ ਇਹ ਸਪੋਰਟਾਂ ਜਿਹੜੀਆਂ ਉਹ ਉੱਤੋਂ ਕਈ ਵਾਰ ਹੋਰ ਦਿਖਦੀਆਂ ਹੁੰਦੀਆਂ, ਅੰਦਰੋਂ ਕੁਛ ਹੋਰ ਉਹ ਸੱਪ ਕੱਢ ਦਿੰਦੀਆਂ, ਇਹ ਰਾਜਨੀਤੀ ਦਾ ਦਸਤੂਰ ਆ, ਫਿਤਰਤ ਆ। ਪਰ ਦੂਸਰੇ ਪਾਸੇ ਘੁਬਾਇਆ ਦੇ ਖਰੇ ਵੀ ਅੱਜ ਕਿਤੇ ਨਾ ਕਿਤੇ ਇਹਦੇ ਉਲਟ ਜਾਂਦੀ ਲਹਿਰ ਦੇਖਣ ਨੂੰ ਮਿਲੀ ਆ, ਕਿਉਂਕਿ ਇਹਦਾ ਭਰਾ ਅਕਾਲੀਆਂ ਦੇ ਨਾਲ ਤੁਰ ਪਿਆ, ਤਾਂ ਇਹ ਇੱਕ ਨੁਕਸਾਨ ਵੀ ਹੋਇਆ, ਇੱਕ ਜਾਨੀ ਕਦਮ ਅੱਗੇ ਨੂੰ ਪੁੱਟਿਆ ਤੇ ਇੱਕ ਕਦਮ ਪਿੱਛੇ ਵੀ ਗਏ ਆ। ਤਾਂ ਦੂਸਰੇ ਪਾਸੇ ਇਹਨਾਂ ਦਾ ਜ਼ਬਾਨੀ ਜੰਗ ਆ ਜਿਹੜਾ, ਉਹ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਸ਼ੁਰੂ ਹੋ ਚੁੱਕਾ। ਸੁਖਬੀਰ ਬਾਦਲ ਕਹਿੰਦਾ ਕਿ ਇਹਨੇ ਬਤੌਰ ਸੰਸਦ ਮੈਂਬਰ ਇੱਥੇ ਕੀਤਾ ਕੱਖ ਨੀ, ਹੁਣ ਮੈਂ ਆਇਆ ਤੁਸੀਂ ਮੈਨੂੰ ਚੁਣੋ ਮੈਂ ਕੰਮ ਕਰਾਊਂਗਾ। ਇਹ ਕਹਿੰਦਾ ਕਿ ਸਰਕਾਰ ਤੇ ਤੁਹਾਡੀ ਸੀਗੀ ਨਾ 10 ਸਾਲ, ਜੇ ਕੁਛ ਨਹੀਂ ਹੋਇਆ ਇਹਦਾ ਮਤਲਬ ਹੈ ਕਿ ਫੇਲੀਅਰ ਤੁਹਾਡੀ ਆ। ਤਾਂ ਸ਼ੇਰ ਸਿੰਘ ਘੁਬਾਇਆ ਇਹਨਾਂ ਦੇ ਅੰਦਾਜ਼ ਦੇ ਵਿੱਚ ਹੀ ਇਹਨਾਂ ਨੂੰ ਟੱਕਰ ਦਾ ਪਿਆ। ਪਰ ਇਹਦੇ ਵਿੱਚ ਸ਼ੇਰ ਸਿੰਘ ਘੁਬਾਇਆ ਦੇ ਮਾਮਲੇ ਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਹੁਣ ਵੇਖਣ ਵਾਲੀ ਆ, ਕਿਉਂਕਿ ਟੱਕਰ ਦਾ ਮੁੱਢ ਤੇ ਵੱਜ ਚੁੱਕਾ, ਬੜੀ ਜ਼ਬਰਦਸਤ ਟੱਕਰ ਹੋਣ ਦੀ ਸੰਭਾਵਨਾ। ਪਰ ਜਿੱਦਾਂ ਹੁਣ ਇਹਦਾ ਭਰਾ ਉਹ ਕਹਿੰਦਾ ਕਿ ਸਿੱਧੇ ਤੌਰ ਤੇ ਸਾਡੇ ਭਾਈਚਾਰੇ ਵਾਸਤੇ ਕੁਛ ਨੀ ਕੀਤਾ ਸ਼ੇਰ ਸਿੰਘ ਘੁਬਾਇਆ ਨੇ, ਤਾਂ ਇਸ ਮਾਮਲੇ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਉਹ ਵੇਖਣੀਆਂ ਪੈਣਗੀਆਂ। ਇੱਕ ਤੇ ਮਿੰਟੂ ਜੀ ਥੋੜੀ ਤਕਨੀਕੀ ਕਰਾਓ ਜੀ, ਮਿੰਟੂ ਜੀ ਥੋੜੀ ਜੀ ਰਿਪੀਟ ਕਰ ਦਿਓ ਖਬਰ ਵਿੱਚ, ਤੁਹਾਡੀ ਜਿਹੜੀ ਆਵਾਜ਼ ਆਉਣੀ ਬੰਦ ਹੋ ਗਈ ਸੀਗੀ ਜੀ, ਜਿਹੜੀ ਦੂਜੀ ਚੀਜ਼ ਜੀ ਜੀ ਮੈਂ ਕਿਹਾ ਕਿ ਦੇਖੋ ਦੋ ਚੀਜ਼ਾਂ ਵੇਖਣ ਵਾਲੀਆਂ ਨੇ। ਇੱਕ ਤੇ ਇਹ ਆ
ਕਿ ਸ਼ੇਰ ਸਿੰਘ ਘੁਬਾਇਆ ਦੇ ਜਿਹੜੇ ਵਿਰੋਧ ਦੇ ਵਿੱਚ ਨੇ ਕਾਂਗਰਸੀ, ਯਾਨੀ ਕਈ ਵਾਰ ਕੀ ਹੁੰਦਾ ਕਿ ਬਾਹਰੀ ਵਿਰੋਧ ਜਿਹੜਾ ਉਹ ਵੱਖਰੀ ਕਿਸਮ ਦਾ ਹੁੰਦਾ, ਅੰਦਰ ਖਾਤੇ ਜੜਾਂ ਨੂੰ ਦਾਤੀਆਂ ਜਿਹੜੀਆਂ ਪੈਂਦੀਆਂ ਉਹ ਭਿਆਨਕ ਸਿੱਟੇ ਦਿੰਦੀਆਂ, ਤਾਂ ਉਹ ਅੰਦਰ ਖਾਤੇ ਵਿਰੋਧ ਤਾਂ ਕਿੰਨੀ ਕੁ ਰਹੂਗੀ, ਇੱਕ ਚੀਜ਼ ਦੇਖਣ ਵਾਲੀ ਆ। ਦੂਜੀ ਇਹ ਆ ਕਿ ਕਈ ਵਾਰ ਹੁੰਦਾ ਜਿੱਦਾਂ ਹੁਣ ਸ਼ੇਰ ਸਿੰਘ ਘੁਬਾਇਆ ਦੋ ਵਾਰੀ MLA ਰਿਹਾ, ਦੋ ਵਾਰੀ ਲਗਾਤਾਰ MP ਰਿਹਾ, ਤਾਂ ਜਿਹੜੇ ਲੋਕ ਹੁੰਦੇ ਆ ਜਿਹੜੇ ਬਰਾਦਰੀ ਵਾਲੇ ਲੋਕ ਹੁੰਦੇ, ਜਿੱਦਾਂ ਰਾਏ ਸਿੱਖ ਭਾਈਚਾਰੇ ਵਾਲੇ ਆ, ਤਕਰੀਬਨ 27-28% ਵੋਟ ਬੈਂਕ ਰੱਖਦੇ ਉੱਥੇ ਫਿਰੋਜ਼ਪੁਰ ਦੇ ਵਿੱਚ, ਤਾਂ ਉਹ ਦੇਖਦੇ ਆ ਕਿਉਂਕਿ ਇੱਕ ਪੀੜ੍ਹੀ ਬਦਲ ਜਾਂਦੀ ਹੈ 15-20 ਸਾਲਾਂ 'ਚ, ਤਾਂ ਉਹ ਪੀੜ੍ਹੀ ਦੇਖਦੀ ਆ ਕਿ ਠੀਕ ਹੈ ਸਾਡੀ ਬਰਾਦਰੀ ਨੇ ਬਰਾਦਰੀ ਵਾਦ ਨੂੰ ਨਿਭਾਇਆ, ਪਰ ਬਦਲੇ 'ਚ ਸਾਨੂੰ ਕੀ ਮਿਲਿਆ, ਸਾਨੂੰ ਕੀ ਮਿਲਿਆ। ਤਾਂ ਜਦੋਂ ਉਹ ਕੰਨ ਖੁੱਲਦੇ ਆ ਨਾ, ਕਈ ਵਾਰ ਉਹ ਤੁਹਾਡੇ ਲਈ ਬਹੁਤ ਵੱਡਾ ਝਟਕਾ ਹੁੰਦਾ। ਤਾਂ ਇਹ ਸ਼ੇਰ ਸਿੰਘ ਘੁਬਾਇਆ ਲਈ 2-3 ਚੁਣੌਤੀਆਂ, ਦੇਖਦੇ ਆ ਕੀ ਬਣਦਾ। ਪਰ ਉੱਥੇ ਜਿਹੜੀਆਂ ਸਿੱਠਣੀਆਂ ਦਿੱਤੀਆਂ ਜਾਣੀਆਂ ਇੱਕ ਦੂਜੇ ਨੂੰ ਸੁਖਬੀਰ ਬਾਦਲ ਤੇ ਸ਼ੇਰ ਸਿੰਘ ਘੁਬਾਇਆ ਦੀਆਂ, ਉਹ ਵੇਖਣ ਵਾਲੀਆਂ ਹੋਣ। ਜੀ ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਸੁੱਚਾ ਸਿੰਘ ਲੰਗਾ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਆ ਉਹ ਸਖਤ ਹੋਏ ਆ। ਦੇਖੋ ਇਸ ਮਾਮਲੇ ਦੇ ਵਿੱਚ ਦਿਲਚਸਪ ਪਹਿਲੂ ਹੈ ਜਿਹੜਾ ਉਹ ਇਹੋ ਹੀ ਆ ਕਿ ਦੁਨਿਆਵੀ ਅਦਾਲਤ ਜਿਹੜੀ ਆ ਸੁੱਚਾ ਸਿੰਘ ਲੰਗਾ ਨੂੰ ਬਰੀ ਕਰ ਚੁੱਕੀ ਆ, ਧਾਰਮਿਕ ਅਦਾਲਤ ਦੇ ਵਿੱਚੋਂ ਹਾਲੇ ਇਹਦਾ ਬਰੀ ਹੋਣਾ ਬਾਕੀ ਆ, ਉਹਦੇ ਵਿੱਚ ਇਹ ਦੋਸ਼ੀ ਕਰਾ ਰਿਹਾ। ਤਾਂ ਇਸੇ ਦਰਮਿਆਨ ਇਹਨੇ ਕੰਪੇਨ ਸ਼ੁਰੂ ਕੀਤੀ ਹੋਈ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਬਟਾਲਾ ਇਲਾਕੇ ਦੇ ਵਿੱਚ ਕਈ ਇਹਨੇ ਛੋਟੀਆਂ ਛੋਟੀਆਂ ਸਭਾਵਾਂ ਕੀਤੀਆਂ, ਛੋਟੇ ਛੋਟੇ ਸਿਆਸੀ ਸਮਾਗਮ ਕੀਤੇ ਆ। ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਨੂੰ ਤੇ ਛੇਕਿਆ ਹੋਇਆ ਅਕਾਲ ਤਖ਼ਤ ਨੇ, ਤੇ ਇਹਨਾਂ ਆਖਿਆ ਕਿ ਪਾਰਟੀ ਤੇ ਸੰਕਟ ਆ, ਤਾਂ ਉਹ ਇਸ ਸੰਕਟ ਦੇ ਵਿੱਚ ਕਿਵੇਂ ਪਾਸੇ ਰਹਿ ਸਕਦੇ ਆ, ਇਸ ਲਈ ਸੰਕਟ ਦੇ ਦੌਰਾਨ ਉਹ ਮੈਦਾਨ 'ਚ ਨਿਤਰੇ ਆ। ਤਾਂ ਇਹ ਚੀਜ਼ ਜਿਹੜੀ ਸੀਗੀ ਉਹ ਫਿਰ ਬੜੀ ਹਾਈਲਾਈਟ ਕੀਤੀ ਇਹਨਾਂ ਦੇ ਵਿਰੋਧੀਆਂ ਵੱਲੋਂ। ਤਾਂ ਇਹ ਮਾਮਲਾ ਜਿਹੜਾ ਕੁਛ ਜਥੇਬੰਦੀਆਂ ਦੇ ਕਾਰਕੁਨ ਆ ਜਿਹੜੇ ਉਹ ਅੱਜ ਅਕਾਲ ਤਖ਼ਤ ਤੇ ਲੈ ਗਏ। ਤਾਂ ਜਦੋਂ ਅਕਾਲ ਤਖ਼ਤ ਤੇ ਲੈ ਗਏ, ਕਿਆ ਦੇਖੋ ਜੀ ਤੁਸੀਂ ਇਹਨੂੰ ਪੰਥ ਚੋਂ ਛੇਕਿਆ, ਇਹ ਜਾ ਕੇ ਪੰਥ ਦੇ ਨਾਂ ਤੇ ਵੋਟਾਂ ਮੰਗੀ ਜਾਂਦਾ, ਬੰਦੀ ਵੀ ਇਹਦੇ ਨਾਲ ਤੁਰੇ ਫਿਰਦੇ ਆ, ਤੇ ਸਿੱਧੇ ਤੌਰ ਤੇ ਇਹਨੂੰ ਘੇਰਾ ਪੈ ਗਿਆ ਅੱਜ। ਇੱਕ ਤੇ ਇਹ ਆ ਕਿ ਪੰਥ ਚੋਂ ਜਿਹਨੂੰ ਛੇਕਿਆ ਉਹਦੇ ਨਾਲ ਤੇ ਹੁਣ ਕੀ ਦੁਆ ਕਲਾਮ ਕਰਨੀ ਆ ਕਿਸੇ ਨੇ। ਤਾਂ ਇੱਕ ਮੈਸੇਜ ਦਿੱਤਾ, ਇੱਕ ਕਹੀਏ ਕਿ ਫਿਰ ਸੰਦੇਸ਼ ਦਿੱਤਾ ਜਾਂ ਕਹੀਏ ਹੁਕਮ ਹੀ ਦਿੱਤਾ ਅਕਾਲ ਤਖ਼ਤ ਦੇ ਜਥੇਦਾਰ ਨੇ ਕਿ ਇਹਦੇ ਨਾਲ ਕੋਈ ਬਹੁ ਵਾਸਤਾ ਨਾ ਰੱਖਿਆ ਜਾਵੇ, ਤੇ ਜੇ ਕੋਈ ਰੱਖਦਾ ਫਿਰ ਉਹਦੇ ਖਿਲਾਫ਼ ਕੜੀ ਕਾਰਵਾਈ ਕੀਤੀ ਜਾਊਗੀ। ਕੜੀ ਕਾਰਵਾਈ ਅੱਜ ਇੱਕ ਹੋਈ ਵੀ ਆ, ਕਿਉਂਕਿ ਇੱਕ ਢਾਡੀ ਨੇ ਇਹਦੇ ਕਾਫ਼ੀ ਸੋਹਲੇ ਗਾਏ ਸੀਗੇ, ਕਾਫ਼ੀ ਜਸ ਕਾਫ਼ੀ ਭਾਲੇ ਦੀ ਕੀਤੀ ਸੀਗੀ, ਤਾਂ ਉਹ ਢਾਡੀ ਆ ਜਿਹੜਾ ਉਹਨੂੰ ਵੀ ਘੇਰਾ ਪਾ ਲਿਆ ਅਕਾਲ ਤਖ਼ਤ ਦੇ ਜਥੇਦਾਰ ਨੇ, ਆਖਿਆ ਕਿ 10 ਦਿਨ ਦੇ ਅੰਦਰ ਅੰਦਰ ਤੂੰ ਵੀ ਸਪਸ਼ਟੀਕਰਨ ਦੇ। ਇਸ ਤੋਂ ਇਲਾਵਾ ਜਥੇਦਾਰ ਨੇ ਕੁਛ ਹੋਰ ਵੀ ਨਾਮ ਜਿਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਕਾਲਾ ਅਫਗਾਨਾ ਦਾ ਇੱਕ ਹਰਨੇਕ ਸਿੰਘ ਨੇਕੀ ਹੈ ਜਿਹੜਾ, ਇਹਨਾਂ ਬਾਰੇ ਵੀ ਕਿਹਾ ਕਿ ਇਹਨਾਂ ਨਾਲ ਮਿਲਵਰਤਨ ਹੈ ਜਿਹੜਾ ਨਾ ਰੱਖਿਆ ਜਾਵੇ। ਤਾਂ ਦੂਸਰੇ ਪਾਸੇ ਇੱਕ ਹੋਰ ਵੀ ਉਹਨਾਂ ਨੇ ਸੰਦੇਸ਼ ਜਾਰੀ ਕੀਤਾ, ਆਦੇਸ਼ ਦਿੱਤਾ। ਆਦੇਸ਼ ਇਹ ਆ ਕਿ ਪਿੱਛੇ ਜੇ ਆਪਾਂ ਦੇਖਿਆ ਸੀਗਾ ਕਿ ਹਰਿਆਣੇ ਦੇ ਵਿੱਚ ਜਿਹੜੀ ਨਵੀਂ ਪਾਰਟੀ ਬਣੀ ਹੈ ਜਨ ਨਾਇਕ ਜਨਤਾ ਪਾਰਟੀ, ਉਹਦੇ ਇੱਕ ਸਾਬਕਾ MLA ਨੇ ਨਿਸ਼ਾਨ ਸਿੰਘ ਉਹਦਾ ਨਾਮ ਆ, ਉਹਨੇ ਤੁਲਨਾ ਕੀਤੀ ਸੀਗੀ ਡੇਰੇ ਵਾਲੇ ਮੁਖੀ ਦੀ ਗੁਰੂ ਗੋਬਿੰਦ ਸਿੰਘ ਦੇ ਨਾਲ। ਤਾਂ ਉਹਨਾਂ ਨੇ ਉਸ ਮਾਮਲੇ ਦੇ ਵਿੱਚ ਆਦੇਸ਼ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਜਾਂ ਹਰਿਆਣੇ ਦੇ ਉਹ ਜਿਹੜੇ ਹੋਰ ਇਸ ਤਰ੍ਹਾਂ ਦੇ ਸੰਸਥਾ ਦੇ ਨੁਮਾਇੰਦੇ ਆ, ਉਹ ਪਰਚਾ ਦਰਜ ਕਰਵਾਉਣ 295 ਦਾ, ਕਿਉਂਕਿ ਇਹ ਕਿਤੇ ਨਾ ਕਿਤੇ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਆ। ਸੋ ਇਸ ਤਰ੍ਹਾਂ ਦੇ ਇਹਨਾਂ ਨੇ ਕੁਛ ਸਖ਼ਤ ਕਦਮ ਚੁੱਕੇ ਆ, ਪਰ ਇਹ ਚੀਜ਼ ਦੇਖਣ ਵਾਲੀ ਆ, ਇਹ ਚੀਜ਼ ਮਹਿਸੂਸ ਕਰਨ ਵਾਲੀ ਆ ਕਿ ਹੁਣ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਦੇ ਵਿੱਚ ਸਪਸ਼ਟ ਆਦੇਸ਼ ਸੀਗਾ, ਸਪਸ਼ਟ ਹੁਕਮਨਾਮਾ ਸੀਗਾ, ਪਰ ਬਾਵਜੂਦ ਇਸਦੇ ਨਾ ਸਿਰਫ ਉਹ ਅਕਾਲੀ ਦਲ ਵਾਸਤੇ ਜਾ ਕੇ ਵੋਟਾਂ ਮੰਗ ਰਿਹਾ, ਅਕਾਲੀ ਦਲ ਉਹਨੂੰ ਨਕਾਰ ਵੀ ਨਹੀਂ ਰਿਹਾ, ਅਕਾਲੀ ਦਲ ਆ ਜਿਹੜਾ ਉਹਦਾ ਪ੍ਰਚਾਰ ਬੰਦ ਵੀ ਨਹੀਂ ਕਰਵਾ ਰਿਹਾ, ਖੁੱਲੇ ਰੂਪ ਦੇ ਵਿੱਚ ਉਹਦੀ ਵਿਰੋਧਤਾ ਵੀ ਨਹੀਂ ਕਰ ਰਿਹਾ, ਪਰ ਨਾਲ ਉਹਦੇ ਹੋਰ ਵੀ ਚੇਲੇ ਚਾਟੜੇ ਆ ਜਿਹੜੇ ਤੁਰੇ ਫਿਰਦੇ ਆ। ਤਾਂ ਇਹ ਇੱਕ ਚੀਜ਼ ਵੇਖਣ ਵਾਲੀ ਆ ਕਿ ਇਸ ਤਰ੍ਹਾਂ ਦਾ ਹੁਕਮਨਾਮਾ ਹੋਇਆ ਹੋਵੇ, ਕਿਸੇ ਨੂੰ ਪੰਥ ਚੋਂ ਛੇਕਿਆ ਹੋਵੇ, ਤਾਂ ਵੀ ਲੋਕ ਹੁਣ ਬਹੁਤੀ ਪਰਵਾਹ ਨਹੀਂ ਕਰਦੇ। ਇਹ ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ ਜਿਹੜੇ ਇੱਥੇ ਬੈਠੇ ਇਹਨਾਂ ਸੰਸਥਾਵਾਂ ਤੇ ਮੋਰੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਇੱਕ ਹੋਰ ਕਸ਼ਮੀਰੀ ਸਟੂਡੈਂਟ ਦੀ ਅੱਤਵਾਦ ਮਾਮਲੇ ਦੇ ਵਿੱਚ ਪੰਜਾਬ ਅੰਦਰ ਗ੍ਰਿਫਤਾਰੀ ਹੋਈ ਆ, ਤੇ ਬਠਿੰਡੇ ਚੋਂ ਗ੍ਰਿਫਤਾਰੀ ਹੋਈ ਆ ਕਸ਼ਮੀਰੀ ਸਟੂਡੈਂਟਾਂ ਦੀ। ਅੱਗੇ ਵੀ ਗ੍ਰਿਫਤਾਰੀਆਂ ਦਾ ਸਿਲਸਿਲਾ ਚੱਲਿਆ ਸੀਗਾ, ਤੁਹਾਨੂੰ ਯਾਦ ਹੋਣਾ ਜਲੰਧਰ ਦੇ ਵਿੱਚ ਇੱਕ ਬੰਬ ਬਲਾਸਟ ਹੋਇਆ ਸੀਗਾ, ਉਦੋਂ ਗ੍ਰਿਫਤਾਰੀਆਂ ਹੋਈਆਂ ਸੀਗੀਆਂ। ਫਿਰ ਰਾਜਪੁਰਾ ਦੇ ਵਿੱਚੋਂ ਕੁਛ ਸਟੂਡੈਂਟ ਇਹਨਾਂ ਨੇ ਅਰੈਸਟ ਕੀਤੇ ਸੀਗੇ, ਦਾਵਾ ਕੀਤਾ ਸੀਗਾ ਕਿ ਇਹਨਾਂ ਦੇ ਕੋਲੋਂ ਹਥਿਆਰ ਬਰਾਮਦ ਹੋਏ ਆ।
ਆ ਹੁਣ ਪਿੱਛੇ ਜੇ ਬਨਿਆਲ ਦੇ ਵਿੱਚ ਇੱਕ IED ਹਮਲਾ ਸੀਗਾ ਜਿਹੜਾ ਉਹ ਨਾਕਾਮ ਹੋਇਆ ਸੀਗਾ, ਉਹਦੇ ਤਾਰ ਜਿਹੜੇ ਆ ਉਹ ਜੋੜੇ ਗਏ ਆ। ਇੱਕ ਕੋਈ ਮਿੰਟੋ ਨਾਮ ਦਾ ਸਟੂਡੈਂਟ ਪੜ੍ਹਦਾ ਸੀਗਾ, ਹਿਲਾਲ ਅਹਿਮਦ ਮਿੰਟੋ ਉਹਦਾ ਨਾਮ ਆ, ਤਾਂ ਇਹਦੇ ਤਾਰ ਜੋੜੇ ਗਿਆ ਕਿ ਹਿਜਬੁਲ ਮੁਜਾਹਿਦੀਨ ਦੇ ਨਾਲ ਇਹ ਕਿਤੇ ਨਾ ਕਿਤੇ ਲਿੰਕਡ ਸੀਗਾ, ਇਹਨੂੰ ਗ੍ਰਿਫਤਾਰ ਕੀਤਾ ਗਿਆ। ਸੋ ਬਠਿੰਡਾ CI ਸਟਾਫ ਤੇ ਜੋ ਜੰਮੂ ਕਸ਼ਮੀਰ ਦੇ ਵਿੱਚੋਂ ਕੁਛ ਏਜੰਸੀਆਂ ਆਈਆਂ ਨੇ ਸਕਿਉਰਿਟੀ ਫੋਰਸ ਦੀਆਂ, ਉਹਨਾਂ ਨੇ ਇਹਨੂੰ ਅਰੈਸਟ ਕਰ ਲਿਆ। ਹੁਣ ਇਸ ਦਾਅਵੇ ਦੇ ਵਿੱਚ ਕਿੰਨੀ ਕੁ ਪੁਖਤਗੀ ਆ, ਕਿੰਨੀ ਕੁ ਸੱਚਾਈ ਆ, ਇਹ ਤੇ ਜਦੋਂ ਟ੍ਰਾਇਲ ਹੋਊਗਾ ਉਦੋਂ ਹੀ ਪਤਾ ਲੱਗਣਾ। ਕਿਉਂਕਿ ਵੈਸੇ ਤੇ ਸਾਡੇ ਮੀਡੀਆ ਵਾਲੇ ਤੁਹਾਨੂੰ ਪਤਾ ਹੀ, ਅੱਤਵਾਦੀ ਅੱਤਵਾਦੀ ਕਹਿਣ ਲੱਗਿਆ, ਬਿੰਦ ਨੀ ਲਾਉਂਦੇ, ਮਿੰਟ ਨੀ ਲਾਉਂਦੇ, ਟੈਗ ਦੇ ਦਿੰਦੇ ਆ। ਪਰ ਬਾਅਦ ਦੇ ਵਿੱਚ ਉਹਨਾਂ ਸਟੂਡੈਂਟਾਂ ਦਾ ਕੀ ਹੁੰਦਾ, ਇਹਦੇ ਤੇ ਕਦੇ ਵੀ ਮੁੜ ਕੇ ਪ੍ਰਤੀਕਰਮ ਨਹੀਂ ਦਿੰਦੇ। ਜਿੱਦਾਂ ਉਦਾਹਰਨ ਮੈਂ ਤੁਹਾਨੂੰ ਦਿੰਦਾ ਕਿ ਇਹਨਾਂ ਨੇ ਪਿੱਛੇ ਦੇ ਜਿਹੜੇ ਮੈਂ ਤੁਹਾਨੂੰ ਗਿਣਾਏ ਆ ਕਿ ਸਟੂਡੈਂਟ ਫੜੇ ਸੀਗੇ, ਤਾਂ ਇਹਨਾਂ ਸਟੂਡੈਂਟਾਂ ਦੇ ਵਿੱਚੋਂ ਜਿਹਨੂੰ ਇਹਨਾਂ ਨੇ ਅੱਤਵਾਦੀ ਅੱਤਵਾਦੀ ਕਰਾਰ ਦਿੱਤਾ ਸੀਗਾ, ਉਹਨਾਂ ਦੇ ਵਿੱਚ ਦਾਨਿਸ਼ ਹੈ ਜਿਹੜਾ ਉਹ ਕੱਲ ਬਰੀ ਹੋ ਗਿਆ। ਯਾਨੀ ਇਹਨਾਂ ਨੇ ਅਕਤੂਬਰ 2018 ਚ ਅਰੈਸਟ ਕੀਤਾ ਸੀ, ਕਿਹਾ ਸੀਗਾ ਕਿ ਬਹੁਤ ਵੱਡਾ ਅੱਤਵਾਦੀ ਆ ਜੀ, ਬਹੁਤ ਖੂੰਖਾਰ ਇਹਦੇ ਇਰਾਦੇ ਸੀਗੇ, ਮੀਡੀਆ ਨੇ ਕਿਹਾ ਕਿ ਅੱਤਵਾਦੀ ਗ੍ਰਿਫਤਾਰ ਅੱਤਵਾਦੀ ਗ੍ਰਿਫਤਾਰ, ਤਾਂ ਉਹ ਮੁੰਡਾ ਕੱਲ ਕੋਰਟ ਚੋਂ ਬੇਕਸੂਰ ਸਾਬਤ ਹੋਇਆ। ਤਾਂ ਇੱਕ ਪਾਸੇ ਗ੍ਰਿਫਤਾਰੀਆਂ, ਦੂਸਰੇ ਪਾਸੇ ਕਸੂਰ ਸਾਬਤ ਨਹੀਂ ਹੋ ਰਹੇ, ਜਦਕਿ ਮੀਡੀਆ ਫਿਰ ਅੱਤਵਾਦੀ ਅੱਤਵਾਦੀ ਰਿੱਟ ਲਾ ਦਿੰਦਾ, ਰੱਟ ਲਾ ਦਿੰਦਾ। ਤਾਂ ਇਸ ਮਾਮਲੇ ਦੇ ਵਿੱਚ ਹੁਣ ਵੇਖਣਾ ਹੋਊਗਾ ਕਿ ਕਿੰਨੇ ਕੁ ਸਬੂਤ ਇਕੱਤਰ ਕੀਤੇ ਜਾਂਦੇ ਆ, ਕਿੰਨੇ ਕੁ ਸਬੂਤ ਜਿਹੜੇ ਆ ਕੋਰਟ ਦੇ ਵਿੱਚ ਉਹ ਫਿਰ ਜਾ ਕੇ ਠਹਿਰਦੇ ਆ। ਜੀ ਜੀ ਜੀ, ਅਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBU ਯੂਬਾ ਸਿਟੀ 1450 AM।